ਬੀਤੇ ਕੁਝ ਦਿਨ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਔਰਤ ਪੈਸਿਆਂ ਦੀਆਂ ਥੱਬੀਆਂ ਦਿਖਾ ਰਹੀ ਹੈ ਅਤੇ ਨਾਲ ਹੀ ਉਸਦੇ ਗੁੱਟ ਵਿੱਚ ਸੋਨਾ ਵੀ ਵੇਚਿਆ ਜਾ ਸਕਦਾ ਹੈ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸ਼ਰਾਰਤ ਕੀਤੀ ਗਈ ਅਤੇ ਸੋਸ਼ਲ ਮੀਡੀਆ ਤੇ ਇਸ ਨੂੰ ਗੁਲਜ਼ਾਰ ਸਿੰਘ ਰਣੀਕੇ ਦੀ ਘਰਵਾਲੀ ਕਹਿ ਕੇ ਵਾਇਰਲ ਕਰ ਦਿੱਤਾ ਗਿਆ। ਫੇਸਬੁੱਕ ਦੇ ਬਾਕੀ ਪੇਜਾਂ ਦੀ ਤਰ੍ਹਾਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੇ ਨਾਂ ਤੇ ਬਣਾਏ ਗਏ ਇੱਕ ਪੇਜ ਤੇ ਵੀ ਇਹ ਵੀਡੀਓ ਵਾਇਰਲ ਹੁੰਦੀ ਹੈ ਅਤੇ ਉੱਥੇ ਵੀ ਇਸ ਨੂੰ ਗੁਲਜ਼ਾਰ ਸਿੰਘ ਰਣੀਕੇ ਦੀ ਘਰਵਾਲੀ ਦੱਸਿਆ ਜਾਂਦਾ ਹੈ। ਸਿਮਰਜੀਤ ਸਿੰਘ ਬੈਂਸ ਦੇ ਫੈਨ ਪੇਜ ਤੇ ਪੈਣ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ ਤੇ ਸਿਮਰਜੀਤ ਸਿੰਘ ਬੈਂਸ ਆ ਗਏ ਅਤੇ ਹੁਣ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਸੀ। ਟੀਵੀ ਚੈਨਲਾਂ ਤੇ ਵੀ ਖਬਰਾਂ ਨਸ਼ਰ ਹੋ ਗਈਆਂ ਤੇ ਜਦੋਂ ਇਸ ਸੰਬੰਧੀ ਪੰਜਾਬੀ ਲੋਕ ਚੈਨਲ ਵੱਲੋਂ ਸਿਮਰਜੀਤ ਸਿੰਘ ਬੈਂਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਮਾਮਲੇ ਵਿੱਚ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹਨਾਂ ਦੇ ਨਾਮ ਤੇ ਚੱਲ ਰਹੇ ਜਿਸ ਪੇਜ ਤੇ ਵੀਡੀਓ ਪੋਸਟ ਕੀਤੀ ਗਈ ਹੈ ਹੋ ਸਕਦਾ ਹੈ ਉਹ ਉਹਨਾਂ ਦੇ ਕਿਸੇ ਸਮਰਥਕ ਵੱਲੋਂ ਬਣਾਇਆ ਗਿਆ ਹੋਵੇ ਜਾਂ ਫਿਰ ਉਹਨਾਂ ਦਾ ਨਾਮ ਖਰਾਬ ਕਰਨ ਦੇ ਲਈ ਵੀ ਇਹ ਪੇਜ ਬਣਾਇਆ ਗਿਆ ਹੋ ਸਕਦਾ ਹੈ। ਉਹਨਾਂ ਦਾ ਸਿਰਫ ਇੱਕੋ ਇੱਕ ਪੇਜ ਹੈ ਜਿਸ ਤੇ ਬਲੂ ਟਿਕ ਲੱਗੀ ਹੋਈ ਹੈ। ਮੈਨੂੰ ਸਵੇਰੇ ਗੁਲਜ਼ਾਰ ਸਿੰਘ ਰਣੀਕੇ ਜੀ ਦੇ ਬੇਟੇ ਲਾਲੀ ਰਣੀਕੇ ਦਾ ਫੋਨ ਆਇਆ ਜੀ 9 ਵਜੇ ਦੇ ਕਰੀਬ, 9:45 ਦੇ ਕਰੀਬ। ਉਹਨਾਂ ਨੇ ਮੈਨੂੰ ਦੱਸਿਆ ਵੀ ਤੁਸੀਂ ਮੇਰੀ ਮਦਰ ਦੇਖੀ? ਮੈਂ ਨਹੀਂ ਬ੍ਰਦਰ, ਮੈਂ ਤੁਹਾਡੇ ਮਦਰ ਨੂੰ ਦੇਖੀ ਜੀ। ਉਹ ਕਹਿੰਦਾ ਜੀ ਤੁਹਾਡੇ ਪੇਜ ਤੋਂ ਇੱਕ ਫੋਟੋ ਦੇ ਵਿੱਚ ਨੋਟ ਦਿਖਾਏ ਗਏ ਆ ਜੀ, ਲਿਖਿਆ ਗਿਆ ਮੇਰੀ ਮਦਰ ਗੁਲਜ਼ਾਰ ਸਿੰਘ ਰਣੀਕੇ ਦੀ ਪਤਨੀ ਜੀ, ਸ਼ਾਇਦ ਕੋਈ ਖੇਡਦੀ। ਮੈਂ ਉਹਨੂੰ ਦੱਸਿਆ ਮੈਂ ਬ੍ਰਦਰ ਮੇਰਾ ਖੁਦ ਦਾ ਜਿਹੜਾ ਆਪਣਾ ਪੇਜ ਹੈ ਨਾ ਜੀ ਸਿਮਰਜੀਤ ਬੈਂਸ, ਉਹ ਵੈਰੀਫਾਈਡ ਫਰੋਮ ਫੇਸਬੁੱਕ ਆ, ਬਲੂ ਟਿਕ ਲੱਗਿਆ ਹੋਇਆ ਉਹਦੇ ਤੇ। ਹਾਂਜੀ, ਉਸ ਤੋਂ ਇਲਾਵਾ ਸੈਂਕੜੇ ਫੇਕ ਪੇਜ ਬਣੇ ਹੋਏ, ਕਿਸੇ ਨੇ ਬੈਂਸ ਫੈਨ ਬਣਾ ਲਿਆ, ਕਿਸੇ ਨੇ ਕਿਸੇ ਨਾਮ ਤੇ ਬਣਾ ਲਿਆ ਜੀ। ਉਹਨਾਂ ਨੇ ਮੈਨੂੰ ਉਸ ਜਿਹੜਾ ਫੋਟੋ ਨੋਟਾਂ ਵਾਲੀ ਆ ਤੇ ਉਹਦੇ ਸਕਰੀਨਸ਼ਾਟ ਕਰਕੇ ਭੇਜੇ। ਮੈਂ ਆਪਣੇ ਮੀਡੀਆ ਇੰਚਾਰਜ ਸਰਦਾਰ ਅਵਤਾਰ ਸਿੰਘ ਨੂੰ ਜਦੋਂ ਫਾਰਵਰਡ ਕਰਕੇ ਉਹਨਾਂ ਨੂੰ ਕਿਹਾ ਵੀ ਇਹ ਪਤਾ ਕਰੋ ਕੌਣ ਚਲਾਉਂਦਾ ਪੇਜ ਜੀ, ਐਡਮਿਨ ਕੌਣ ਆ। ਉਹਨਾਂ ਨੇ ਪਤਾ ਕੀਤਾ, ਐਡਮਿਨ ਦਾ ਪਤਾ ਨਹੀਂ ਲੱਗ ਸਕਿਆ। ਉਹਦੇ ਤੇ ਅਸੀਂ ਮੈਸੇਜ ਜਦੇ ਪਾਤਾ ਵੀ ਤੂੰ ਬਿਨਾਂ ਸੂਚਨਾ ਪ੍ਰੋਫਾਈਲ ਤੋਂ ਜਿਹੜੀ ਫੋਟੋ ਪਾਈ ਇਹਨੂੰ ਡਿਲੀਟ ਕਰ, ਨਹੀਂ ਤੇਰੇ ਵਿਰੁੱਧ ਕਾਨੂੰਨੀ ਕਾਰਵਾਈ ਹੋ ਜਾਣੀ ਹੈ। ਸਾਡੇ ਨਾਮ ਦੇ ਉੱਤੇ ਪੇਜ ਬਣਾਇਆ, ਚੰਗੀ ਚੀਜ਼ ਪਾਏਗਾ ਉਹਦਾ ਵੈਲਕਮ ਕਰਾਂਗੇ। ਤੂੰ ਕਿਸੇ ਨੂੰ ਬੇਵਜ੍ਹਾ ਪਰੇਸ਼ਾਨ ਕਰਨ ਲਈ, ਬੇਵਜ੍ਹਾ ਡਿਫੇਮ ਕਰਨ ਲਈ ਕਰੇਗਾ, ਅਸੀਂ ਕਾਨੂੰਨੀ ਕਾਰਵਾਈ ਕਰਾਵਾਂਗੇ। ਤੇ ਮੇਰੇ ਮੀਡੀਆ ਇੰਚਾਰਜ ਸਰਦਾਰ ਅਵਤਾਰ ਸਿੰਘ ਨੇ ਰਣੀਕੇ ਗੁਲਜ਼ਾਰ ਸਿੰਘ ਹੋਰਾਂ ਦੇ ਬੇਟੇ ਨਾਲ ਵੀ ਟੈਲੀਫੋਨ ਤੇ ਗੱਲ ਕੀਤੀ, ਉਹਨਾਂ ਨੂੰ ਕਿਹਾ ਵੀ ਤੁਸੀਂ ਕਾਰਵਾਈ ਕਰਾਓ ਜੀ, ਤਾਂ ਕਿ ਇਸ ਐਡਮਿਨ ਦਾ ਪਤਾ ਲੱਗੇ ਜੀ ਜੀ। ਸੋ ਅਸੀਂ ਵੀ ਇਹ ਜਿਹੜਾ ਐਡਮਿਨ ਹੈਗਾ ਇਸ ਪੇਜ ਦਾ, ਮੈਂ ਵੀ ਆਪਣੇ ਵੱਲੋਂ ਵੀ ਉਸ ਤੇ ਕਾਰਵਾਈ ਕਰਾਵਾਂਗਾ ਜੀ। ਕੌਣ ਚਲਾ ਰਿਹਾ, ਉਹਨੇ ਕਿਉਂ ਏਦਾਂ ਦੀ ਫੋਟੋ ਪਾਈ ਬਿਨਾਂ ਸਬੂਤਾਂ ਪ੍ਰੂਫਾਂ ਤੋਂ, ਕਿਸੇ ਦੀ ਇੱਜ਼ਤ ਦੇ ਖਿਲਾਫ਼ ਕੋਈ ਸ਼ਬਦ ਲਿਖਣਾ ਉਹ ਸਿਮਰਜੀਤ ਬੈਂਸ ਦੀ ਡਿਕਸ਼ਨਰੀ ਚ ਨਹੀਂ ਹੈਗਾ। ਸਬੂਤ ਪ੍ਰੂਫ ਹੋਣ ਤੇ ਫਿਰ ਉਹ ਚਾਹੇ ਕਿਸੇ ਕੁਰਸੀ ਤੇ ਬੈਠਾ ਹੋਵੇ ਜੀ, ਫਿਰ ਉਹ ਕਦੇ ਛੱਡਿਆ ਨਹੀਂ ਗਾ ਜੀ। ਇਸ ਕਰਕੇ ਜਿਹੜੀ ਪੀਟੀਸੀ ਵਾਲੇ ਆ, ਪੀਟੀਸੀ ਵਾਲਿਆਂ ਨੂੰ ਤਾਂ ਇਹ ਆ ਵੀ ਕਿਤੇ ਬੈਂਸ ਦਾ ਨਾਮ ਮਿਲ ਜਾ ਸਕੀ ਤੇ ਪੀਟੀਸੀ ਕਿੰਨਾ ਕੁ ਸੱਚ, ਕਿੰਨਾ ਕੁ ਝੂਠ, ਕਿੰਨੀ ਕੁ ਅਥੈਂਟਿਕ ਖਬਰ ਦਿੰਦਾ ਉਹ ਸਾਰੇ ਪੰਜਾਬੀ ਜਗਤ ਨੂੰ ਪੀਟੀਸੀ ਦਾ ਪਤਾ। ਸੋ ਇਸ ਕਰਕੇ ਇਸ ਘਟਨਾਕ੍ਰਮ ਦੇ ਵਿੱਚ ਮੇਰੀ ਇੱਕ ਪੈਸੇ ਦੀ ਸ਼ਮੂਲੀਅਤ ਨੀ, ਮੈਂ ਉਸ ਸਤਿਕਾਰਯੋਗ ਮਾਤਾ ਦਾ ਰਿਸਪੈਕਟ ਕਰਦਾ, ਮੇਰੇ ਕੋਲੇ ਕੋਈ ਏਦਾਂ ਦੀ ਗੱਲ ਹੀ ਹੈ ਨੀਗੀ ਜੀ। ਮੈਂ ਤਾਂ ਖੁਦ ਇਹਦੀ ਕੰਪਲੇਂਟ ਕਮਿਸ਼ਨਰ ਪੁਲਿਸ ਨੂੰ ਵੀ, ਲੁਧਿਆਣਾ ਕਮਿਸ਼ਨਰ ਪੁਲਿਸ ਨੂੰ ਵੀ ਜ਼ਰੂਰ ਕਰਾਂਗਾ, ਤਾਂ ਜੋ ਇਹ ਜਿਹੜੇ ਫੇਕ ਪੇਜ ਬਣਾਏ ਹੋਏ ਆ, ਅੱਛੀ ਚੀਜ਼ ਪਾਉਣੀ ਆ ਪਾਓ ਤੁਸੀਂ ਜੀ, ਸਮਾਜ ਨੂੰ ਸੇਧ ਦੇਣ ਵਾਲੀ ਕੋਈ ਚੰਗੀ ਚੀਜ਼ ਪਾਓ, ਬਟ ਤੁਸੀਂ ਕਿਸੇ ਦੇ ਬਿਨਾਂ ਸਬੂਤਾਂ ਪ੍ਰੂਫਾਂ ਤੋਂ ਨਾਮ ਬਦਨਾਮ ਕਰੋ ਉਹ ਮਨਜ਼ੂਰ ਨਹੀਂ ਹੈ।
ਜੀ ਠੀਕ ਹੈ ਮੈਮ, ਸ਼ੁਕਰੀਆ, ਥੈਂਕ ਯੂ ਬ੍ਰਦਰ। ਸੋ ਇਸ ਮਾਮਲੇ ਵਿੱਚ ਇਹ ਤਾਂ ਸਪਸ਼ਟ ਹੋ ਗਿਆ ਕਿ ਇਹ ਪੇਜ ਸਿਮਰਜੀਤ ਸਿੰਘ ਬੈਂਸ ਦਾ ਨਹੀਂ ਸੀ, ਪਰ ਹੁਣ ਬੈਂਸ ਵੱਲੋਂ ਵੀ ਉਸ ਸ਼ਖਸ ਤੇ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਵੱਲੋਂ ਗੁਲਜ਼ਾਰ ਸਿੰਘ ਰਣੀਕੇ ਦੀ ਘਰਵਾਲੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਖੈਰ ਇਹ ਪੇਜ ਕਿਸ ਵੱਲੋਂ ਚਲਾਇਆ ਜਾ ਰਿਹਾ ਇਹ ਤਾਂ ਹੁਣ ਪੁਲਿਸ ਦੀ ਕਾਰਵਾਈ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਪਰ ਤੁਹਾਨੂੰ ਵੀ ਦੱਸ ਦਈਏ ਕਿ ਜੋ ਵੀਡੀਓ ਗੁਲਜ਼ਾਰ ਸਿੰਘ ਰਣੀਕੇ ਦੀ ਘਰਵਾਲੀ ਦੀ ਕਹਿ ਕੇ ਵਾਇਰਲ ਕੀਤੀ ਜਾ ਰਹੀ ਹੈ ਉਹ ਬਿਲਕੁਲ ਹੀ ਫੇਕ ਹੈ ਅਤੇ ਅਜਿਹੀਆਂ ਅਫਵਾਹਾਂ 'ਤੇ ਵਿਸ਼ਵਾਸ ਨਾ ਕੀਤਾ ਜਾਵੇ ਤਾਂ ਜੋ ਕਿਸੇ ਦੀ ਨਿੱਜੀ ਜ਼ਿੰਦਗੀ 'ਤੇ ਵੀ ਅਸਰ ਨਾ ਪੈ ਸਕੇ। ਨਿਊਜ਼ ਡੈਸਕ ਪੰਜਾਬੀ ਲੋਕ ਚੈਨਲ।